हेलो फ्रेंड्स, वेलकम बैक टू माय चैनल बिंदास रोशनी। आज आप बनाने चले हैं मेडल वाला स्टैंड। ये कुछ मेडल से साढ़े स्पोर्ट्स वाले पे तो एवं डब्बे में पैक किए पे से मैं सोचा चलो क्यों ना अपना से कम लिए डब्बिया पुराने नाले मेडल भी सोने लगने ਨਾਲੇ ਆਪਣੇ ਕੰਮ ਆ ਜੂ ਫਾਲਤੂ ਦਾ ਪਿਆ ਡੱਬਾ। ਇਹ ਦੇਖੋ ਮੈਡਲ ਸਾਡੇ ਕਿੰਨੇ ਮੈਡਲ ਟੁੱਟ ਗਏ ਅਤੇ ਕਿੰਨੇ ਮੈਡਲ ਖਰਾਬ ਹੋ ਗਏ ਪਏ ਐਵੇਂ, ਅਤੇ ਕਿਉਂ ਨਾ ਆਪਾਂ ਇਹਨਾਂ ਨੂੰ ਥੋੜ੍ਹਾ ਸੋਹਣਾ ਕਰ ਦਈਏ ਅਤੇ ਸਜਾ ਦਈਏ, ਮੈਂ ਘਰ ਵੀ ਸੋਹਣਾ ਲੱਗੂ ਅਤੇ ਨਾਲੇ ਮੈਡਲ ਵੀ। ਦੇਖੋ ਇੰਨੇ ਸਾਰੇ ਮੈਡਲ ਸੀ। ਪਹਿਲਾਂ ਮੈਂ ਸਭ ਤੋਂ ਪਹਿਲਾਂ ਇੱਕ ਬੋਕਸ ਲਿਆ, ਫਾਲਤੂ ਪਏ ਹੁੰਦੇ ਆ ਘਰਾਂ ਵਿੱਚ, ਫਿਰ ਫੈਵੀਕੋਲ ਦਾ ਡੱਬਾ ਲਿਆ, ਸਾਰੇ ਬੋਕਸ 'ਤੇ ਫੈਵੀਕੋਲ ਲਾਈ ਚੰਗੀ ਤਰ੍ਹਾਂ, ਫੈਵੀਕੋਲ ਲਾਉਣ ਤੋਂ ਬਾਅਦ ਇਸ 'ਤੇ ਆਪਾਂ ਲਾਵਾਂਗੇ ਵਾਈਟ ਪੇਪਰ। ਵਾਈਟ ਪੇਪਰ ਲਾਉਣ ਤੋਂ ਬਾਅਦ ਆਪਾਂ ਥੋੜ੍ਹੇ ਕਲਰਫੁੱਲ ਪੇਪਰ ਵੀ ਲਵਾਂਗੇ, ਜਿਵੇਂ ਆਪਣੇ ਕੋਲ ਸਕ੍ਰੈਪ ਬੁੱਕ ਹੁੰਦੀ ਡਰਾਇੰਗ ਵਗੈਰਾ ਕਰਦੇ ਹਾਂ। ਇਹਨਾਂ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਕਿਸੇ ਕਟਰ ਨਾਲ ਕੱਟ ਕਰ ਲੈਣ ਥੋੜ੍ਹੀ ਥੋੜ੍ਹੀ ਦੂਰੀ 'ਤੇ, ਮਤਲਬ ਕਿ ਜਿੱਡੇ ਮੈਡਲ ਦੇ ਹਿਸਾਬ ਨਾਲ ਵੀ ਸੋਹਣਾ ਲੱਗੇ ਥੋੜ੍ਹਾ। ਇਹ ਆਪਾਂ ਮੈਡਲ ਨਾਲ ਮਾਰਕ ਵੀ ਕਰ ਸਕਦੇ ਹਾਂ, ਕਿਉਂਕਿ ਨਹੀਂ ਤਾਂ ਫਿਰ ਬਹੁਤ ਦਿੱਕਤ ਹੁੰਦੀ ਹੈ ਇਸ ਕਰਕੇ। ਅਤੇ ਇਸ ਤਰ੍ਹਾਂ ਜਿਵੇਂ ਕਟਿੰਗ ਕੀਤੀ, ਜੇ ਮੈਡਲ 'ਤੇ ਜੋ ਗੰਢਾਂ ਪਾਈ ਜਾਂਦੀਆਂ ਨਾ ਉਹਨਾਂ ਨੂੰ ਕੱਟ ਲਿਓ। ਅਤੇ ਕੁਛ ਮੈਡਲ ਜਿਹੜੇ ਟੁੱਟੇ ਪਏ ਸੀ ਉਹਨਾਂ ਨੂੰ ਫਿਰ ਮੈਂ ਰੀਨੂ ਕਿੱਦਾਂ ਜੋੜਿਆ, ਉਹਨਾਂ ਨੂੰ ਕੁਛ ਮੈਡਲ ਰਹਿ ਗਏ ਅਤੇ ਕੁਛ ਜੁੜ ਗਏ ਸੀਗੇ। ਐਵੇਂ ਮਿਹਨਤ ਵਾਲੇ ਮੈਡਲਾਂ ਨੂੰ ਸਿੱਖਣਾ ਥੋੜ੍ਹੀ ਹੈ, ਇਸ ਲਈ ਮੈਂ ਸਾਰੇ ਮੈਡਲ ਜੋੜਦੇ ਕੋ ਮਤਲਬ ਕਿ, ਅਤੇ ਲਾਸਟ 'ਚ ਕੁਛ ਇੱਦਾਂ ਦਾ ਲੱਗਦਾ। ਥੈਂਕਸ ਫੋਰ ਵਾਚਿੰਗ।